ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇ, ਬਹੁਤ ਮਾੜੇ ਨੇ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ, ਬੇਕਾਬੂ 'ਚ ਹੈ। ਸਰਕਾਰ ਮੂੰਹ ਪ੍ਰਦਰਸ਼ਕ ਬਣ ਕੇ ਵੇਖ ਰਹੀ ਹੈ। ਇਸ ਕਰਕੇ ਮੈਂ ਉਹ ਤਮਾਮ ਜਿਹੜੇ ਮੁੱਦੇ ਹੈ ਜਿਹੜੇ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ, ਪਹਿਲੇ ਦਿਨ ਤੋਂ ਅੱਜ ਲੈ ਕੇ, ਚਾਹੇ ਉਹ ਅੰਬੀਆਂ ਸਾਹਿਬ ਦਾ ਕਤਲ ਸੀ, ਚਾਹੇ ਉਹ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ, ਔਰ ਜੋ ਦਿਨ ਦਿਹਾੜੇ ਲੁੱਟਾਂ ਖੋਹਾਂ ਨਿੱਤ ਫਰੌਤੀਆਂ ਦਾ ਦੌਰ, ਔਰ ਹੁਣੇ ਹੀ ਤੁਸੀਂ ਦੇਖਿਆ ਹੋਣਾ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਪਿਤਾ ਨੂੰ ਨਿਰੰਤਰ ਧਮਕੀਆਂ ਦਿੱਤੀਆਂ ਜਾ ਰਹੀਆਂ, ਔਰ ਸਰਕਾਰ ਸੁੱਤੀ ਪਈ ਹੈ। ਰੋਜ਼ਾਨਾ ਉਹਨਾਂ ਨੂੰ ਇੱਕ ਟੈਲੀਫੋਨ ਆ ਰਹੇ ਨੇ, ਔਰ ਉਹਨਾਂ ਦੀ ਆਵਾਜ਼ ਸੁਣ ਲਈ ਸਰਕਾਰ ਦਾ ਕੋਈ ਵਿਅਕਤੀ ਉਹਨਾਂ ਨੂੰ ਹਾਂ ਦਾ ਨਾਰਾ ਮਾਰਨ ਲਈ ਤਿਆਰ ਨਹੀਂ ਹੈ। ਔਰ ਹਜੇ ਤੱਕ ਮੇਰੇ ਖਿਆਲ ਉਹਨਾਂ ਦੀ ਬਰਸੀ ਹੈ 19 ਤਰੀਕ ਨੂੰ, ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਨਿਆਂ ਮਿਲਿਆ ਨਹੀਂ ਉਹਨਾਂ ਦੇ ਪਰਿਵਾਰ ਨੂੰ। ਔਰ ਜਿਹਨੇ ਆਪਦਾ ਪੁੱਤ ਗਵਾਇਆ ਹੋਵੇ ਉਹਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹੁਣ। ਮੈਂ ਸਮਝਦਾ ਕਿ ਇੱਦੋਂ ਮਾੜੀ ਗੱਲ ਪੰਜਾਬ ਦੇ ਵਿੱਚ ਹੋ ਨਹੀਂ ਸਕਦੀ। ਆ ਨੀਚੇ, ਆ ਨੀਚੇ ਅਜਨਾਲਾ ਥਾਣਾ, ਅਜਨਾਲਾ ਥਾਣਾ, ਜੋ ਅਜਨਾਲਾ ਥਾਣੇ ਦੇ ਵਿੱਚ ਹੋਇਆ ਉਹ ਤੁਸੀਂ, ਉਹ ਨੰਗਾ ਨਾਚ ਤੁਸੀਂ ਲੋਕਾਂ ਨੇ ਵੇਖਿਆ। ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਇਸ ਅੱਜ ਹਜੇ ਤੱਕ ਅਜਨਾਲਾ ਦੋਸ਼ੀਆਂ 'ਤੇ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਹੋਈ। ਸੋ ਇਸ ਤਰ੍ਹਾਂ ਦਾ ਪੰਜਾਬ 'ਚ ਮਾਹੌਲ ਹੈ, ਇੰਝ ਲੱਗਦਾ ਕਿ ਮੁਕੰਮਲ ਜੰਗਲ ਰਾਜ ਪੰਜਾਬ ਦੇ ਵਿੱਚ ਬਣ ਗਿਆ। ਮੈਂ ਸਮਝਦਾ ਕਿ ਦੇਸ਼ ਦੇ, ਪੰਜਾਬ ਦੇ ਗ੍ਰਹਿ ਮੰਤਰੀ ਵੀ ਮੁੱਖ ਮੰਤਰੀ ਸਾਹਿਬ ਨੇ, ਔਰ ਜੇਲ੍ਹ ਮੰਤਰੀ ਵੀ ਮੁੱਖ ਮੰਤਰੀ ਸਾਹਿਬ ਨੇ। ਇਸ ਤਰ੍ਹਾਂ ਸ਼ਰੇਆਮ ਇਸ ਤਰ੍ਹਾਂ ਦੀਆਂ ਵੀਡੀਓਜ਼ ਆਉਣੀਆਂ ਔਰ ਸ਼ਰੇਆਮ ਧਮਕੀ ਦੇਣੀ, ਇੱਦੋਂ ਮਾੜੀ ਗੱਲ ਸਰਕਾਰ ਵਾਸਤੇ ਕੀ ਹੋ ਸਕਦੀ ਹੈ? ਸਰਕਾਰ ਦੇ ਜਿਹੜੇ ਉੱਥੇ ਆਫਿਸਰ ਸਾਹਿਬਾਨ ਨੇ, ਜੇ ਤੁਸੀਂ ਜਿਹੜੇ ਉੱਥੇ ਤੁਸੀਂ ਜੇਲ੍ਹ ਸੁਪਰੀਟੈਂਡੈਂਟ ਲਾਏ ਨੇ ਜਾਂ ਜੇਲ੍ਹ ਦੇ ਮੁਲਾਜ਼ਮ ਲਾਏ ਨੇ, ਉਹ ਕੀ ਵੇਖ ਰਹੇ ਨੇ ਬਈ? ਮੈਂ ਉਹ ਵੀਡੀਓ 'ਚ ਵੇਖ ਰਿਹਾ ਸੀ, ਪਿੱਛੇ ਇੱਕ ਪੁਲਿਸ ਮੁਲਾਜ਼ਮ ਵੀ ਆ ਰਿਹਾ ਸੀ। ਸੋ ਇਹਦਾ ਮਤਲਬ ਜੇਲ੍ਹ ਦੇ ਅੰਦਰੋਂ ਵੀ ਜੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਤਾਂ ਮੈਨੂੰ ਦੱਸੋ ਕਿ ਸੁਰੱਖਿਅਤ ਕੌਣ ਹੈ? ਔਰ ਜਿਸ ਪੰਜਾਬ ਦੇ ਵਿੱਚ ਪੁਲਿਸ ਵਾਲੇ ਸੁਰੱਖਿਅਤ ਨਹੀਂ ਹੈ, ਉਸ ਪੰਜਾਬ ਦਾ ਕੀ ਬਣਨਾ ਹੈ? ਲੇਕਿਨ ਹਜੇ ਵੀ ਸਰਕਾਰ ਇਹ ਕਹਿੰਦੀ ਹੈ ਕਿ ਮੈਂ ਸਭ ਕੁਝ ਜਾਣਦਾ ਹਾਂ, ਮੈਨੂੰ ਪਤਾ ਸਭ ਕੁਝ ਕੀ ਹੋ ਰਿਹਾ। ਤੁਸੀਂ ਦੇਖਿਆ ਹੋਣਾ ਅੱਜ ਇੰਡੀਆ ਟੂਡੇ ਦੇ ਫਰੰਟ ਪੇਜ 'ਤੇ ਕਿਸ ਪ੍ਰਕਾਰ ਦੀ ਕੀ ਲੱਗਿਆ, ਇਹ ਟਾਈਟਲ ਪੇਜ ਹੈ ਇੰਡੀਆ ਟੂਡੇ ਦਾ। ਸੋ ਹਾਲਾਤ ਬੱਤੋ ਬੱਤਰ ਹੁੰਦੇ ਜਾ ਰਹੇ ਨੇ। ਸੋ ਮੈਂ ਟੀ ਸ਼ਰਟ ਦੇ ਰਾਹੀਂ ਇਹੀ ਸੁਨੇਹਾ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਕਿਰਪਾ ਕਰਕੇ ਜਾਗੋ, ਜੋ ਪੰਜਾਬ ਦੇ ਅੰਦਰ ਹੋ ਰਿਹਾ ਉਹਦੇ 'ਤੇ ਗੌਰ ਫਰਮਾਓ ਅਤੇ ਕੁਝ ਨਾ ਕੁਝ ਕਰਨ ਦਾ ਪ੍ਰਯਾਸ ਕਰੋ। ਦੇਖੋ ਜੋ CLP ਕਹਿੰਦੇ ਨੇ ਉਹ ਸਾਡੇ CLP ਦੇ ਆਗੂ ਨੇ, ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜ਼ਿੰਮੇਦਾਰੀ ਤਾਂ ਜ਼ਰੂਰ ਉੱਠਣੀ ਚਾਹੀਦੀ ਹੈ ਯਾਰ। ਇਹ ਮੂੰਹ ਪ੍ਰਦਰਸ਼ਕ ਬਣ ਕੇ ਤੁਸੀਂ ਵੇਖ ਨਹੀਂ ਸਕਦੇ, ਪੰਜਾਬ ਨੂੰ ਬਲਦਾ ਨਹੀਂ ਵੇਖ ਸਕਦੇ। ਔਰ ਅਸੀਂ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ, ਬਿਲਕੁਲ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਪੰਜਾਬ ਨੂੰ ਇਸ ਤਰ੍ਹਾਂ ਤੁਸੀਂ ਜਲਦਾ ਛੱਡ ਜਾਓ। ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ, ਹਰ ਲੜਾਈ ਲੜਾਂਗੇ, ਲੇਕਿਨ ਪੰਜਾਬ ਨੂੰ ਇਹਨਾਂ ਹਾਲਾਤਾਂ 'ਚੋਂ ਬਾਹਰ ਕੱਢਾਂਗੇ। ਇਸ ਤਰ੍ਹਾਂ ਪੰਜਾਬ ਨੂੰ ਅਸੀਂ ਨਹੀਂ ਛੱਡ ਸਕਦੇ। ਕਿਉਂ ਡਰ ਰਹੇ ਹੋ ਤੁਸੀਂ? ਕਿਉਂ ਨਹੀਂ ਅੱਜ ਅਜਨਾਲਾ ਕਾਂਡ ਦੇ ਉਹਨਾਂ ਦੋਸ਼ੀਆਂ 'ਤੇ ਹੁਣ ਤੱਕ ਕਾਰਵਾਈ ਕੀਤੀ? ਕੀ ਦੇਖਣਾ ਚਾਹੁੰਦੇ ਹੋ? ਆਮ ਬੰਦੇ, ਮੈਂ ਅੱਜ ਪਿੰਡਾਂ 'ਚ ਗਿਆ ਸੀ, ਕਹਿੰਦੇ ਜੀ SSP ਦੇ SP ਦੇ ਸਿਰ 'ਚ 17 ਟੰਕੇ ਲੱਗੇ ਆ। ਜੇ SSP ਦੇ ਸਿਰ 'ਚ 17 ਟੰਕੇ ਲੱਗੇ ਹੈ ਤੇ ਫਿਰ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਕਿੱਦੋਂ ਹੋਣੀ? ਸਿੱਧੂ ਮੂਸੇਵਾਲੇ ਛੋਟੀ ਮੋਟੀ ਘਟਨਾ ਹੈ। ਕੀ ਤੁਸੀਂ ਚਾਹੁੰਦੇ ਹੋ ਹੁਣ ਸਿੱਧੂ ਮੂਸੇਵਾਲੇ ਦਾ ਬਾਪ ਚਲਾ ਜਾਵੇ? ਉਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ? ਸਿੱਧੂ ਮੂਸੇਵਾਲਾ ਤੁਸੀਂ ਨਾਮ ਲਿਆ, ਬਲਕੌਰ ਸਿੰਘ ਕਹਿ ਰਹੇ ਕਿ ਕਾਂਗਰਸ ਨੇ ਸਾਡਾ ਮਸਲਾ ਜਿਹੜਾ ਨਹੀਂ ਚੱਕਿਆ। ਉਹਨਾਂ ਨੇ ਬਿਲਕੁਲ ਇਹ ਨਹੀਂ ਕਿਹਾ ਕਿ ਕਾਂਗਰਸ ਨੇ ਚੱਕਿਆ। ਇਹ ਜਿਹੜਾ ਸੁਣੋ ਮੇਰੀ ਗੱਲ, ਇਹ ਜਿਹੜੀ ਸਾਰੀ ਹੈ, ਕੁਝ ਮੇਰੇ ਭਰਾ ਚੈਨਲ ਵਾਲੇ ਐਸੇ ਮਿਹਰਬਾਨ ਹੈ ਕਿ ਜਿਹੜੇ ਕੇਵਲ ਇਹ ਗੱਲ ਕਰਦੇ। ਉਹਨਾਂ ਨੇ ਇਹ ਕਿਹਾ ਕਿ ਕਿਸੇ ਪਾਰਟੀ ਨੇ, ਨਾ ਸੱਤਾਧਾਰ ਪਾਰਟੀ ਨੇ, ਨਾ ਕਿਸੇ ਕਾਂਗਰਸ ਵਾਲੇ, ਨਾ ਕੋਈ ਤਾਇਆ ਚਾਚਾ ਭੂਆ ਭਤੀਜਾ ਮਾਮਾ ਫੁੱਫੜ, ਉਹਨਾਂ ਨੇ ਸਾਰਿਆਂ ਦੇ ਨਾਮ ਲਏ। ਕੀ ਕਰੇਗਾ ਬੰਦਾ? ਅੱਜ ਤੱਕ ਕਿਸੇ ਪ੍ਰਕਾਰ ਦਾ ਇਨਸਾਫ ਨਹੀਂ ਮਿਲਿਆ। ਹਜੇ ਤੱਕ ਬਲਕੌਰ ਸਿੰਘ ਨੂੰ ਧਮਕੀਆਂ ਆ ਰਹੀਆਂ, ਸਰਕਾਰ ਇਹ ਰੋਕ ਨਹੀਂ ਸਕੀ। ਉਹਨਾਂ ਨੇ ਸਾਰੇ ਜਿਹੜੇ ਤੱਥ ਹੈ ਉਹ ਮਾਨਸਾ SSP ਨੂੰ ਦੇ ਦਿੱਤੇ ਗਏ ਨੇ। ਬੰਦੇ ਕਹਿੰਦੇ ਜੋਧਪੁਰ ਬੈਠੇ ਨੇ, ਉਹ ਬਲਕੌਰ ਸਿੰਘ ਜੀ ਦੱਸ ਰਹੇ ਨੇ, ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ। ਕੀ ਕਰੇਗਾ ਬਾਪ? ਇੱਕ ਬਾਪ ਨੂੰ ਤਾਂ ਲੱਗਦਾ ਕਿ ਮੈਂ ਇਕੱਲਾ ਰਹਿ ਗਿਆ। ਔਰ ਬਿਲਕੁਲ ਉਹਨਾਂ ਦੀ ਜਿਹੜੀ ਟਿੱਪਾ ਟਿੱਪਣੀ ਉਹ ਜਾਇਜ਼ ਹੈ। ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਸਰਦਾਰ ਬਲਕੌਰ ਸਿੰਘ ਦੇ ਨਾਲ ਹਿੱਕ ਤਾਣ ਕੇ ਖੜ੍ਹੇ ਰਹਿਣਾ ਚਾਹੀਦਾ।